ਗੱਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰਾਂ ਦੀ ਛੇਵੀਂ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਸੰਯੁਕਤ ਸਮਾਜ ਮੋਰਚੇ ਦੇ ਨਾਲ ਗੱਠਜੋੜ ਦੀ ਚਰਚਾ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਵੱਲੋਂ ਹੋਰ ਉਮੀਦਵਾਰ ਐਲਾਨ ਦਿੱਤੇ ਗਏ ਨੇ ਅੱਠ ਹੋਰ ਉਮੀਦਵਾਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ ਸ਼੍ਰੀ ਹਰगोਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਚੋਣ ਲੜਨਗੇ ਇਸੇ ਤਰ੍ਹਾਂ ਅੰਮ੍ਰਿਤਸਰ ਪੱਛਮੀ ਤੋਂ ਡਾਕਟਰ ਜਸਬੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਜਦਕਿ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੋਰ ਚੋਣ ਲੜਨਗੇ ਅਮਲੋ ਤੋਂ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਟਿਕਟ ਦਿੱਤੀ ਗਈ ਹੈ ਫਾਜ਼ਿਲਕਾ ਤੋਂ ਨਰਿੰਦਰਪਾਲ ਸਿੰਘ ਸਾਵਣਾ ਅਤੇ ਗਿੱਦੜਵਾਹਾ ਤੋਂ ਪ੍ਰੀਤਪਾਲ ਸ਼ਰਮਾ ਚੋਣ ਲੜਨਗੇ ਮੌੜ ਤੋਂ ਸੁਖਵੀਰ ਮੈਸਰਖਾਨਾ ਨੂੰ ਟਿਕਟ ਦਿੱਤੀ ਗਈ ਜਦ ਕਿ ਮਲੇਰਕੋਟਲਾ ਤੋਂ ਡਾਕਟਰ ਮੁਹੰਮਦ ਜ਼ਾਮੀਲ ਉਰ रहमान ਇਲੈਕਸ਼ਨ ਲੜਨਗੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਕੈਂਡੀਡੇਟਸ ਦਾ ਐਲਾਨ ਕੀਤਾ ਜਾ ਰਿਹਾ ਹੈ 2022 ਵਿਧਾਨ ਸਭਾ ਚੋਣਾਂ ਦੇ ਲਈ 8 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ 6ਵੀਂ ਸੂਚੀ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਦਿੱਤੀ ਗਈ ਹੈ ਦੱਸ ਦੇ ਕਿ ਸ਼੍ਰੀ ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਚੋਣ ਲੜਨਗੇ ਅੰਮ੍ਰਿਤਸਰ ਪੱਛਮੀ ਤੋਂ ਡਾਕਟਰ ਜਸਬੀਰ ਸਿੰਘ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ कौर ਅਮਲੋ ਤੋਂ ਗੁਰਿੰਦਰ ਸਿੰਘ ਗੈਰੀ ਬੜਿੰਗ ਫਾਜ਼ਿਲਕਾ ਤੋਂ ਨਿਰੰਦਰਪਾਲ ਸਿੰਘ ਸਾਵਨਾ ਗਿੱਦੜਬਾਹ ਤੋਂ ਪ੍ਰੀਤਪਾਲ ਸ਼ਰਮਾ ਮੌੜ ਤੋਂ ਸੁਖਬੀਰ ਮੈਸਰਖਾਨਾ ਮਲੇਰਕੋਟਲਾ ਤੋਂ ਡਾਕਟਰ ਮੁਹੰਮਦ ਜ਼ਾਮਿਲ ਔਰ ਰਹਿਮਾਨ ਚੋਂ ਲੜਨਗੇ ਆਪ ਦੇ ਪੰਜਾਬ ਇਨਚਾਰਜ ਜਰਨੈਲ ਸਿੰਘ ਦੇ ਵੱਲੋਂ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਹੁਣ ਤੱਕ ਲਗਾਤਾਰ ਜੇ ਕਿਹਾ ਜਾਵੇ ਤਾਂ ਛੇਵੀਂ ਸੂਚੀ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੈਂਡੀਡੇਟ ਅਨਾਉਂਸ ਕਰ ਰਹੀ ਹੈ ਤਾਂ ਆਮ ਆਦਮੀ ਪਾਰਟੀ ਨੇ ਸ਼ੇਮੀ ਸੂਚੀ 8 ਕੈਂਡੀਡੇਟਸ ਦੀ ਜਾਰੀ ਕੀਤੀ ਹੈ ਤੇ ਹੁਣ ਤੱਕ 96 ਉਮੀਦਵਾਰ ਆਮ ਆਦਮੀ ਪਾਰਟੀ ਨੇ ਐਲਾਨ ਦਿੱਤੇ ਨੇ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਟੋਟਲ 117 ਸੀਟਾਂ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਤੇ 96 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤੇ ਨੇ ਤਾਂ ਸਿਰਫ ਹੁਣ ਗੱਲ ਕੀਤੀ ਜਾਵੇ 17 ਤੇ 4 21 ਸੀਟਾਂ ਬਾਕੀ ਬਚਦੀਆਂ ਨੇ 21 ਸੀਟਾਂ ਬਾਕੀ ਰਹਿ ਗਈਆਂ ਨੇ ਜਿਨ੍ਹਾਂ ਤੇ ਉਮੀਦਵਾਰ ਨਹੀਂ ਐਲਾਨਣਗੇ ਕਿਉਂਕਿ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਹੈ ਕਿਸਾਨਾਂ ਦੇ ਵੱਲੋਂ ਕਿਸਾਨ ਆਗੂਆਂ ਦੇ ਵੱਲੋਂ 22 ਕਿਸਾਨ ਜਥੇਬੰਦੀਆਂ ਦੇ ਵੱਲੋਂ ਚਰਚਾ ਇਹ ਸੀਗੀ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰ ਸਕਦੇ ਨੇ ਤੇ ਬਲਬੀਰ ਸਿੰਘ ਰਾਜੇਵਾਲ ਨੂੰ ਸੀਐਮ ਕੈਂਡੀਡੇਟ ਵੀ ਬਣਾਇਆ ਜਾ ਸਕਦਾ ਹੈ ਪਰ ਸਿਰਫ 21 ਸੀਟਾਂ ਬਚੀਆਂ ਨੇ 96 ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਦਿੱਤੀਆਂ ਗਈਆਂ ਨੇ ਹਾਲੇ ਵੀ ਜੇ ਕੋਈ ਸੰਭਾਵਨਾ ਬਚਦੀ ਹੈ ਤਾਂ ਉਹੀ ਹੈ ਕਿ ਸੰਯੁਕਤ ਸਮਾਜ ਮੋਰਚਾ ਜਿਹੜਾ ਹੈ 21 ਸੀਟਾਂ ਦੇ ਚੋਣ ਲੜ ਸਕਦਾ ਹੈ ਜਿਹੜੀਆਂ ਬਾਕੀ ਬਚਦੀਆਂ ਨੇ ਪਾਰ 96 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਕੈਂਡੀਡੇਟ ਜਿਹੜੇ ਨੇ ਉਹ ਐਲਾਨ ਦਿੱਤੇ ਗਏ ਨੇ ਛੇਵੀਂ ਸੂਚੀ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ 8 ਉਮੀਦਵਾਰਾਂ ਦਾ ਐਲਾਨ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਲਗਾਤਾਰ ਆਮ ਆਦਮੀ ਪਾਰਟੀ ਕੈਂਡੀਡੇਟਸ ਅਨਾਉਂਸ ਕਰ ਰਹੀ ਹੈ ਤੇ ਅੱਜ ਹੋਰ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਏ ਛੇਵੀਂ ਸੂਚੀ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਜਾਰੀ ਕੀਤੀ ਗਈ ਹੈ ਤੁਹਾਨੂੰ ਦੁਬਾਰਾ ਤੋਂ ਦੱਸ ਦਿੰਦੇ ਆ ਕਿ ਸ਼੍ਰੀ ਹਰगोਬਿੰਦ ਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਅੰਮ੍ਰਿਤਸਰ ਪੱਛਮੀ ਤੋਂ ਡਾਕਟਰ ਜਸਬੀਰ ਸਿੰਘ ਚੌਣ ਲੜਨਗੇ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ कौर ਟਿਕਟ ਲੜਨ ਟਿਕਟ ਤੋਂ ਚੋਣ ਲੜਨਗੇ ਅਮਲੋ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਹਲਕਾ ਅਮਲੋ ਹੈ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਟਿਕਟ ਦਿੱਤੀ ਗਈ ਹੈ ਨੌਜਵਾਨ ਆਗੂ ਹੈ ਫਾਜ਼ਲਕਾ ਤੋਂ ਨਰਿੰਦਰਪਾਲ ਸਿੰਘ ਸਾਵਨਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਗਿੱਦੜਵਾਹਾ ਤੋਂ ਪ੍ਰੀਤਪਾਲ ਸ਼ਰਮਾ ਚੋਣ ਲੜਨਗੇ ਮੌੜ ਤੋਂ ਸੁਖਵੀਰ ਮੈਸਰਖਾਨਾ ਤੇ ਮਲੇਰਕੋਟਲਾ ਤੋਂ ਡਾਕਟਰ ਮੁਹੰਮਦ ਜ਼ਾਮਿਲ ਔਰ ਰਹਿਮਾਨ ਨੂੰ ਟਿਕਟ ਦੇ ਦਿੱਤੀ ਗਈ ਹੈ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਦੱਸਦੇ ਕਿ ਗਿੱਦੜਵਾਹਾ ਤੋਂ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦਾ ਵਿਧਾਇਕ ਨੇ ਤੇ ਡਿੰਪੀ ਟਿਲੋਂ ਅਕਾਲੀ ਦਲ ਦੇ ਵੱਲੋਂ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੀਤਪਾਲ ਸ਼ਰਮਾ ਉਮੀਦਵਾਰ ਹੋਣਗੇ ਮੋੜ ਦੀ ਗੱਲ ਕੀਤੀ ਜਾਵੇ ਤਾਂ ਮੋੜ ਤੋਂ ਪਹਿਲਾਂ ਹੀ ਆਜ਼ਾਦ ਤੌਰ ਤੇ ਲੱਖਾ ਸਧਾਨਾ ਤੇ ਪਿਛਲੇ ਦਿਨ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਗਦੇਵ ਸਿੰਘ ਕਮਾਲੂ ਨੇ ਉਹ ਵੀ ਮੋੜ ਤੋਂ ਵਿਧਾਇਕ ਨੇ ਮੌਜੂਦਾ ਤੇ ਉਹ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਚਲੇ ਗਏ ਸੀਗੇ ਪਰ ਹਾਲੇ ਕਾਂਗਰਸ ਨੇ ਕਿਉਂਕਿ ਕੋਈ ਵੀ ਚਿਹਰਾ ਅਨਾਉਂਸ ਨਹੀਂ ਕੀਤਾ ਹੈਗਾ ਪਰ ਉੱਥੇ ਹੁਣ ਆਮ ਆਦਮੀ ਪਾਰਟੀ ਨੇ ਸੁਖਵੀਰ ਮੈਸਰ ਖਾਨਾ ਨੂੰ ਟਿਕਟ ਦੇ ਦਿੱਤੀ ਹੈ ਮਲੇਰਕੋਟਲਾ ਤੋਂ ਡਾਕਟਰ ਮੁਹੰਮਦ ਜ਼ਾਮਿਲ ਉਰ रहमान ਨੂੰ ਟਿਕਟ ਦਿੱਤੀ ਗਈ ਹੈ ਜਦਕਿ ਅਮਲੋ ਤੋਂ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਟਿਕਟ ਦਿੱਤੀ ਗਈ ਹੈ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ ਅਤੇ ਅੰਮ੍ਰਿਤਸਰ ਪੱਛਮੀ ਤੋਂ ਡਾਕਟਰ ਜਸਵੀਰ ਸਿੰਘ ਚੌਣ ਲੜਨਗੇ ਅਤੇ ਸ੍ਰੀ ਹਰਗੋਬਿੰਦਪੁਰ ਜਿੱਥੋਂ ਕੱਲ ਹੀ ਹਲੇ ਜਿਹੜੇ ਮੌਜੂਦਾ ਵਿਧਾਇਕ ਨੇ ਬਲਵਿੰਦਰ ਸਿੰਘ ਲਾਢੀ ਜਿਹੜੇ ਆ ਭਾਜਪਾ ਦੇ ਵਿੱਚ ਗਏ ਨੇ ਕਾਂਗਰਸ ਛੱਡ ਕੇ ਉੱਥੇ ਐਡਵੋਕੇਟ ਅਮਰਪਾਲ ਸਿੰਘ ਨੂੰ ਟਿਕਟ ਜਿਹੜੀ ਆ ਉਹ ਦਿੱਤੀ ਗਈ ਆਮ ਆਦਮੀ ਪਾਰਟੀ ਲਗਾਤਾਰ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ ਜਿਸ ਢੰਗ ਦੇ ਨਾਲ ਪਹਿਲਾਂ ਇਹ ਕਿਆਸਰਾਏ ਲਾਏ ਜਾ ਰਹੇ ਸਨ ਕਿ ਸ਼ਾਇਦ ਜਿਹੜਾ ਸਮਝੌਤਾ ਹੈ ਉਹ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚੇ ਦੇ ਨਾਲ ਹੋ ਸਕਦਾ ਹੈ ਪਰ ਹੁਣ ਆਮ ਆਦਮੀ ਪਾਰਟੀ ਨੇ ਹੁਣ ਤੱਕ 96 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਹਾਰੇ ਤੁਸੀਂ ਦੇਖੋ ਕਿ ਸਮਰਾਲਾ ਇਹਦੇ ਵਿੱਚ ਨਹੀਂ ਹੈ ਸਮਰਾਲਾ ਤੋਂ ਨਹੀਂ ਐਲਾਨ ਕੀਤਾ ਗਿਆ ਜਿੱਥੋਂ ਬਲਬੀਰ ਸਿੰਘ ਰਾਜੇਵਾਲ ਸੰਬੰਧ ਰੱਖਦੇ ਨੇ ਸਮਰਾਲਾ ਦੀ ਟਿਕਟ ਹਲੇ ਅਨਾਉਂਸ ਨਹੀਂ ਹੋਈ ਹੈ ਮਾਨਸਾ ਜਿੱਥੇ ਰੂਲਦੂ ਸਿੰਘ ਮਾਨਸਾ ਚੋਣ ਲੜਨਾ ਚਾਹੁੰਦੇ ਨੇ ਉਸ ਦੀ ਵੀ ਟਿਕਟ ਅਨਾਉਂਸ ਨਹੀਂ ਹੋਈ ਹੈ ਸਾਨੇਵਾਲ ਜਿੱਥੇ ਹਰਮੀਤ ਸਿੰਘ ਕਾਦੀਆਂ ਚੋਣ ਲੜਨਾ ਚਾਹੁੰਦੇ ਨੇ ਉਸ ਦੀ ਵੀ ਟਿਕਟ ਅਨਾਉਂਸ ਨਹੀਂ ਹੋਈ ਹੈ ਤਾਂ ਸੰਭਾਵਨਾ ਹਾਲੇ ਵੀ ਬਚਦੀ ਹੈ ਸੰਭਾਵਨਾ ਹਾਲੇ ਵੀ ਹੈ ਕਿ ਆਮ ਆਦਮੀ ਪਾਰਟੀ ਦਾ ਸੰਯੁਕਤ ਸਮਾਜ ਮੋਰਚੇ ਦੇ ਨਾਲ ਕੋਈ ਗੱਠਜੋੜ ਹੋ ਸਕਦਾ ਹੈ ਪਰ 96 ਸੀਟਾਂ ਤੇ ਉਮੀਦਵਾਰ ਜਿਹੜੇ ਨੇ ਉਹ ਉਤਾਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ 96 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰ ਜਿਹੜੇ ਨੇ ਉਹ ਐਲਾਨ ਦਿੱਤੇ ਗਏ ਨੇ ਤੇ ਬਾਕੀ ਜਿਹੜੇ 21 ਸੀਟਾਂ ਸਿਰਫ ਆਮ ਆਦਮੀ ਪਾਰਟੀ ਦੇ ਵੱਲੋਂ ਰਹਿ ਗਈਆਂ ਨੇ ਜਿਹੜੀਆਂ ਬਾਕੀ ਬਚਦੀਆਂ ਨੇ 96 ਸੀਟਾਂ ਤੇ ਉਮੀਦਵਾਰ ਐਲਾਨ ਦਿੱਤੇ ਨੇ ਛੇਵੀਂ ਸੂਚੀ 8 ਉਮੀਦਵਾਰਾਂ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਅਕਾਲੀ ਦਲ ਅਤੇ ਬੌਜਨ ਸਮਾਜ ਪਾਰਟੀ ਦੇ ਵੱਲੋਂ ਵੀ ਤਕਰੀਬਨ ਕੈਂਡੀਡੇਟਸ ਜਿਹੜੇ ਨੇ ਆਪਣੇ ਅਨਾਉਂਸ ਕਰ ਦਿੱਤੇ ਗਏ ਨੇ ਸਾਰੀਆਂ ਸੀਟਾਂ ਦੇ ਲਈ ਹੀ ਅਤੇ ਸਿਰਫ ਕਾਂਗਰਸ ਰਹਿਦੀ ਹੈ ਜਿਹੜੀ ਹਾਲੇ ਵੀ ਲਗਾਤਾਰ ਮੰਥਨ ਦੇ ਵਿੱਚ ਲੱਗੀ ਹੋਈ ਹੈ ਕਿਸ ਨੂੰ ਕਿੱਥੋਂ ਟਿਕਟ ਦੇਣੀ ਹੈ ਕਾਂਗਰਸ ਦੇ ਵੱਲੋਂ ਹਾਲੇ ਤੱਕ ਕੋਈ ਵੀ ਜਿਹੜਾ ਅਨਾਉਂਸ ਹੈ ਅਧਿਕਾਰਿਤ ਤੌਰ ਤੇ ਉਹ ਨਹੀਂ ਕੀਤਾ ਗਿਆ ਹੈਗਾ ਪਰ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ BSP ਦੇ ਵੱਲੋਂ ਆਪੋ ਆਪਣੇ ਉਮੀਦਵਾਰ ਜਿਹੜੇ ਨੇ ਉਹ ਉਤਾਰ ਦਿੱਤੇ ਗਏ ਨੇ 96 ਸੀਟਾਂ ਤੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਤੱਕ 6 ਲਿਸਟਾਂ ਜਾਰੀ ਕੀਤੀਆਂ ਗਈਆਂ ਨੇ 6ਵੀਂ ਲਿਸਟ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ 8 ਉਮੀਦਵਾਰਾਂ ਦੀ ਇਹ ਲਿਸਟ ਜਾਰੀ ਕੀਤੀ ਗਈ ਹੈ ਆਪ ਨੇ 6ਵੀਂ ਲਿਸਟ ਜਾਰੀ ਕੀਤੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਅਤੇ ਤੁਹਾਨੂੰ ਦੱਸ ਵੀ ਦਿੰਦੇ ਆ ਕਿ ਕੌਣ ਕੌਣ ਜਿਹੜਾ ਵਿਅਕਤੀ ਹੈ ਕੌਣ ਕੌਣ ਆਗੂ ਹੈ ਕਿਸ-ਕਿਸ ਥਾਂ ਤੋਂ ਉਹ ਚੋਣ ਲੜੇਗਾ ਆਮ ਆਦਮੀ ਪਾਰਟੀ ਨੇ ਜਿਹੜੀ ਟਿਕਟ ਦੇ ਮੁਤਾਬਕ ਸ੍ਰੀ ਹਰगोबिंदਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਨੂੰ ਟਿਕਟ ਦੇ ਦਿੱਤੀ ਹੈ ਸ੍ਰੀ ਹਰगोबिंदਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਚੋਣ ਲੜਨਗੇ ਆਮ ਆਦਮੀ ਪਾਰਟੀ ਤੋਂ ਜਦਕਿ ਅੰਮ੍ਰਿਤਸਰ ਪੱਛਮੀ ਤੋਂ ਜਸਬੀਰ ਸਿੰਘ ਚੋਣ ਮੈਦਾਨ ਦੇ ਵਿੱਚ ਹੋਣਗੇ ਆਮ ਆਦਮੀ ਪਾਰਟੀ ਜਿਹੜੀ ਹੈ ਲਗਾਤਾਰ ਟਿਕਟ ਅਨਾਉਂਸ ਕਰ ਰਹੀ ਹੈ ਕੈਂਡੀਡੇਟਸ ਦਾ ਐਲਾਨ ਕਰ ਰਹੀ ਹੈ ਤੇ ਅੱਜ 8 ਉਮੀਦਵਾਰਾਂ ਦਾ ਐਲਾਨ ਹੈ ਜਿਹੜਾ ਉਹ ਕੀਤਾ ਗਿਆ ਏ ਕਹਿੰਦਾ ਹਸਤੀ 99 ਸੀਟਾਂ ਤੇ ਹੁਣ ਤੱਕ ਚਿਹਰੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਉਤਾਰ ਦਿੱਤੇ ਗਏ ਨੇ ਸਿਰਫ 21 ਸੀਟਾਂ ਬਚਦੀਆਂ ਨੇ ਜਿਹੜੀਆਂ ਜਿਸ ਤੇ ਹੁਣ ਸੰਭਾਵਨਾ ਇਹ ਹੈ ਕਿ ਜਿਹੜੇ ਸੰਯੁਕਤ ਸਮਾਜ ਮੋਰਚਾ ਹੈ ਉਸ ਦੇ ਨਾਲ ਜੇਕਰ ਅਲਾਈਅੰਸ ਹੁੰਦਾ ਹੈ ਗੱਠਜੋੜ ਹੁੰਦਾ ਹੈ ਤਾਂ ਉੱਥੇ ਜ਼ਰੂਰ ਜਿਹੜੇ ਕਿਸਾਨ ਨੇ ਉਹ ਚੋਣ ਲੜ ਸਕਦੇ ਨੇ ਤਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਿਹੜੇ 21 ਸੀਟਾਂ ਬਚਦੀਆਂ ਨੇ ਉਹਨਾਂ ਦੇ ਵਿੱਚ ਸਮਰਾਲਾ ਸੀਟ ਹੈ ਉਹਨਾਂ ਦੇ ਵਿੱਚ ਸਾਨੇਵਾਲ ਸੀਟ ਹੈ ਉਹਨਾਂ ਦੇ ਵਿੱਚ ਮਾਨਸਾ ਸੀਟ ਹੈ ਜਿੱਥੋਂ ਜਿਹੜੇ ਵੱਡੇ ਆਗੂ ਨੇ ਚੋਣ ਲੜਨਾ ਚਾਹੁੰਦੇ ਨੇ ਜਿਵੇਂ ਹਰਮੀਤ ਸਿੰਘ ਕਾਦੀਆ ਜਿਹੜੇ ਨੇ ਉਹ ਸਾਨੇਵਾਲ ਤੋਂ ਚੋਣ ਲੜਨਾ ਚਾਹੁੰਦੇ ਨੇ ਸਾਨੇਵਾਲ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਵੱਲੋਂ ਡਿਕਲੇਅਰ ਨਹੀਂ ਕੀਤਾ ਗਿਆ ਸਮਰਾਲਾ ਹਾਲੇ ਡਿਕਲੇਅਰ ਨਹੀਂ ਕੀਤਾ ਗਿਆ ਸਮਰਾਲੇ ਤੋਂ ਕੌਣ ਉਮੀਦਵਾਰ ਹੋਵੇਗਾ ਬਲਬੀਰ ਸਿੰਘ ਰਾਜੇਵਾਲ ਦਾ ਹਲਕਾ ਇਹ ਸਮਰਾਲਾ ਹਾਲਾਂਕਿ 2017 ਦੀਆਂ ਚੋਣਾਂ ਦੇ ਵਿੱਚ ਵੀ ਬਲਬੀਰ ਸਿੰਘ ਰਾਜੇਵਾਲ ਨੇ ਖੁੱਲੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਦਿੱਤੀ ਸੀ ਤੇ مانਸਾ ਤੋਂ ਵੀ ਹਾਲੇ ਆਮ ਆਦਮੀ ਪਾਰਟੀ ਨੇ ਆਪਣੇ ਪੱਤੇ ਨਹੀਂ ਖੋਲੇ ਉਥੋਂ ਵੀ ਰੁਲਦੂ ਸਿੰਘ ਜਿਹੜੇ مانਸਾ ਨੇ ਉਹ ਚੋਣ ਲੜਨਾ ਚਾਹੁੰਦੇ ਨੇ ਜਿਹੜੇ 8 ਉਮੀਦਵਾਰ ਐਲਾਨੇ ਨੇ ਉਹਨਾਂ ਦੇ ਵਿੱਚ ਸ੍ਰੀ ਹਰगोਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਨੇ ਅੰਮ੍ਰਿਤਸਰ ਪੱਛਮੀ ਤੋਂ ਡਾਕਟਰ ਜਸਬੀਰ ਸਿੰਘ ਨੇ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ ਨੇ ਅਮਲੋ ਤੋਂ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਫਾਜ਼ਿਲਕਾ ਤੋਂ ਨਰਿੰਦਰਪਾਲ ਸਿੰਘ ਸਾਵਨਾ ਨੇ ਗਿੱਦੜਵਾਹਾ ਤੋਂ ਪ੍ਰੀਤਪਾਲ ਸ਼ਰਮਾ ਨੇ ਮੌੜ ਤੋਂ ਸੁਖਬੀਰ ਮੈਸਰਖਾਨਾ ਨੇ ਮਲੇਰਕੋਟਲਾ ਤੋਂ ਡਾਕਟਰ ਮੁਹੰਮਦ ਜ਼ਮਿਲ ਔਰ ਰਹਿਮਾਨ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਆ ਕਿ ਛੇਵੀਂ ਲਿਸਟ ਜਿਹੜੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਅੱਠ ਉਮੀਦਵਾਰਾਂ ਦੀ ਇਹ ਲਿਸਟ ਹੈ ਤੇ ਹੁਣ ਤੱਕ 96 ਉਮੀਦਵਾਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਐਲਾਨੇ ਗਏ